ਹਮਲੇ ਦੇ ਸਮੇਂ ਉਸ ਇਲਾਕੇ ਦੀ ਕਮਾਨ ਸੀ ਲੈਫਟੇਨੈਂਟ ਜਰਨਲ ਸਰਦਾਰ ਹਰਬਖਸ਼ ਸਿੰਘ ਦੇ ਹੱਥ ਵਿੱਚ ਸਾਡੇ 6 ਫੁੱਟ ਦੇ ਜੁੱਸੇ ਦੇ ਮਾਲਕ ਇਹ ਸੂਰਮੇ ਨੂੰ ਵੇਖਦੇ ਹੀ ਦੁਸ਼ਮਨਾਂ ਦੇ ਹੋਸ਼ ਗੁੰਮ ਹੋ ਜਾਂਦੇ ਸਨ ਤੇ ਕੱਲਾ ਉਹਨਾਂ ਦਾ ਸਰੀਰ ਹੀ ਤਗੜਾ ਨਹੀਂ ਸੀ ਦਲੇਰੀ ਵੀ ਉਹਨਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ ਭਾਰਤ ਪਾਗ ਦੀ ਵੰਡ ਤੋਂ ਪਹਿਲਾਂ ਇਹ ਬ੍ਰਿਟਿਸ਼ ਆਰਮੀ ਵੱਲੋਂ ਵਰਲਡ ਵਾਰ 2 ਵਿੱਚ ਵੀ ਜੰਗ ਲੜ ਚੁੱਕੇ ਸਨ ਵਰਲਡ ਵਾਰ 2 ਵਿੱਚ ਹੀ ਇੱਕ ਖੂਨੀ ਲੜਾਈ ਦੇ ਦੌਰਾਨ ਇਹਨਾਂ ਨੂੰ ਮਲੇਸ਼ੀਆ ਵਿੱਚ ਜਾਪਾਨੀ ਫੋਰਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਜੰਗੀ ਕੈਦੀ ਬਣਾ ਕੇ ਕਈ ਸਾਲਾਂ ਤੱਕ ਜਾਪਾਨੀਏ ਜਿੱਲਾਂ ਵਿੱਚ ਤਸ਼ੱਦਦ ਟਾਇਆ ਗਿਆ। ਇਸੇ ਜੰਗ ਦੇ ਦੌਰਾਨ ਹੀ ਉਹਨਾਂ ਦੇ ਸਿਰ ਵਿੱਚ ਇੱਕ ਲੋਹੇ ਦਾ ਟੁਕੜਾ ਇਸ ਕਿਧਰ ਆ ਕੇ ਫਸਿਆ ਸੀ ਕਿ ਵੱਡੇ ਤੋਂ ਵੱਡੇ ਡਾਕਟਰ ਵੀ ਉਸ ਨੂੰ ਕੱਢ ਨਹੀਂ ਪਾਏ ਤੇ ਅੰਤ ਸਮੇਂ ਤੱਕ ਉਹ ਟੁਕੜਾ ਉਹਨਾਂ ਦੇ ਸਿਰ ਵਿੱਚ ਹੀ